ਕਿਸਾਨਾਂ ਦਾ ਮੋਰਚਾ ਦਿੱਲੀ ਪਹੁੰਚ ਚੁੱਕਾ ਹੈ ਪਰ ਹੁਣ ਕਲਾਕਾਰਾਂ ਨੇ ਉਹਨੂੰ ਕਿਸੇ ਹੋਰ ਨਵੇਂ ਤਰੀਕੇ ਨਾਲ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੈਲੋ ਦੋਸਤੋ ਮੈਂ ਅਭਿਸ਼ੇਕ ਤੇ ਤੁਸੀਂ ਦੇਖ ਰਹੇ ਹੋ Google Bollywood। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਈ ਸੰਗੀਤਕਾਰ, ਕਈ ਗਾਇਕ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ। ਚਾਹੇ ਗੁਰਪ੍ਰੀਤ ਕੁੱਗੀ ਹੋਵੇ, ਚਾਹੇ ਗਿੱਪੀ ਗਰੇਵਾਲ, ਚਾਹੇ ਦਿਲਜੀਤ ਦੋਸਾਂਝ, ਕਨਵਰ ਗਰੇਵਾਲ, ਬੱਬੂ ਮਾਨ, ਸਿੱਧੂ ਮੂਸੇਵਾਲਾ। ਕਾਫੀ ਸਿੰਗਰਜ਼ ਕਿਸਾਨਾਂ ਦੇ ਨਾਲ ਰਲ ਚੁੱਕੇ ਨੇ ਤੇ ਹੁਣ ਵੱਡੀ ਖਬਰ ਇਹ ਆ ਰਹੀ ਕਿ ਸਿੰਗਰ ਹਰਪਜਨ ਮਾਨ ਉਹਨਾਂ ਨੇ ਆਪਣਾ ਇੱਕ ਅਵਾਰਡ ਲੈਣ ਤੋਂ ਮਨ੍ਹਾ ਕਰ ਦਿੱਤਾ। ਦੱਸਦੀਏ ਤੁਹਾਨੂੰ ਕਿ ਸ਼ਰੂਮਨੀ ਗਾਇਕ ਦਾ ਅਵਾਰਡ ਹਰਪਜਨ ਮਾਨ ਨੂੰ ਮਿਲਣਾ ਸੀ ਜਿੰਨੂੰ ਉਹਨਾਂ ਨੇ ਮਨ੍ਹਾ ਕਰ ਦਿੱਤਾ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਆ ਕੇ ਲਿਖਿਆ ਕਿ ਮੇਰੇ ਲਈ ਸਭ ਤੋਂ ਵੱਡਾ ਅਵਾਰਡ ਪੰਜਾਬੀਆਂ ਦਾ ਪਿਆਰ ਹੈ। ਯਾਨੀ ਪੰਜਾਬੀ ਮਾਂ ਬੋਲੀ ਜਿਹਦੇ ਲਈ ਮੈਂ ਗਾਣੇ ਲਿਖਦਾ ਹਾਂ, ਜਿਹਦੇ ਲਈ ਮੈਂ ਗਾਣੇ ਗਾਉਂਦਾ ਹਾਂ ਜਾਂ ਪੰਜਾਬੀਆਂ ਵਾਸਤੇ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ ਉਹੀ ਮੇਰੇ ਲਈ ਸਭ ਤੋਂ ਵੱਡਾ ਅਵਾਰਡ ਹੈ। ਤੇ ਹੁਣ ਮੈਂ ਇਸ ਅਵਾਰਡ ਨੂੰ ਮਨ੍ਹਾ ਕਰ ਦਿੰਦਾ ਹਾਂ ਦੱਸਦੀ ਤੁਹਾਨੂੰ ਸਰਕਾਰਾਂ ਨੂੰ ਅਵਾਰਡ ਵਾਪਸ ਕਰਨ ਦਾ ਮਤਲਬ ਇਹ ਹੈ ਕਿ ਹੁਣ ਲੋਕ ਰੋਸਾ ਪ੍ਰਗਟ ਕਰ ਰਹੇ ਨੇ ਆਪਣਾ ਸਰਕਾਰ ਦੇ ਖਿਲਾਫ ਕਿ ਤੁਹਾਨੂੰ ਅਵਾਰਡ ਦੇਣ ਨਾਲੋਂ ਚੰਗਾ ਤੁਸੀਂ ਕਿਸਾਨਾਂ ਦੀ ਸੁਣੋ ਯਾਨੀ ਹਰ ਪੱਜਨਮਾ ਨੇ ਇਸ ਆंदोलਨ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਇਸ ਅਵਾਰਡ ਨੂੰ ਨਹੀਂ ਲਵਾਂਗਾ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਉਹ ਗਲਤ ਕਰਦੇ ਪਏ ਨੇ ਕਿਸਾਨਾਂ ਦੇ ਨਾਲ ਇਥੇ ਤੁਹਾਨੂੰ ਦੱਸਦੀ ਕਿ ਕਾਫੀ ਨੈਸ਼ਨਲ ਲੈਵਲ ਦੇ ਪਲੇਅਰਸ ਜਿਨ੍ਹਾਂ ਨੇ ਅਰਜੁਨ ਅਵਾਰਡ ਵੀ ਲਿਆ ਹੈ ਉਹਨਾਂ ਨੇ ਵੀ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਨੂੰ ਅਸੀਂ ਆਪਣਾ ਅਵਾਰਡ ਵਾਪਸ ਕਰ ਦਈਏ ਤਾਂ ਕਿ ਸਰਕਾਰ ਦੇ ਕੰਨ ਖੜੇ ਹੋ ਜਾਣ ਕਿ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਹੈ ਰਾਈਟਰਸ ਵੀ ਨੇ ਪੰਜਾਬ ਦੇ ਜਿਨ੍ਹਾਂ ਨੂੰ ਕਾਫੀ ਅਵਾਰਡ ਮਿਲੇ ਨੇ ਸਰਕਾਰਾਂ ਵੱਲੋਂ ਤੇ ਉਹਨਾਂ ਨੇ ਵੀ ਵਾਪਸ ਕਰਨ ਦਾ ਫੈਸਲਾ ਕਰ ਦਿੱਤਾ ਹੈ ਤੇ ਹੁਣ ਹਰਪਜਨ ਮਾਨ ਨੇ ਇੱਕ ਗੀਤ ਵੀ ਗਾਇਆ ਕਿਸਾਨਾਂ ਦੇ ਮੋਰਚੇ ਤੇ ਪਹੁੰਚ ਕੇ ਜਿੱਥੇ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਵੀਡੀਓ ਵੀ ਸ਼ੇਅਰ ਕੀਤੀ ਸੀ ਤੇ ਥੱਲੇ ਉਹਨਾਂ ਨੇ ਗੀਤ ਦੇ ਬੋਲ ਵੀ ਲਿਖੇ ਨੇ ਤੇ ਉਹ ਗਾਣਾ ਗਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਕਾਫੀ ਵੱਡਾ ਮੋਰਚਾ ਖੜਾ ਕਰ ਦਿੱਤਾ ਹੈ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਤੇ ਪੰਜਾਬ ਦੇ ਕਾਫੀ ਸੈਲਿਬ੍ਰਿਟੀਜ਼ ਕਿਸਾਨਾ ਦੇ ਨਾਲ ਜੁੜ ਚੁਕੇ ਨੇ ਜਿਨ੍ਹਾਂ ਵਿੱਚੋਂ ਵੱਡੇ ਨਾਮ ਨੇ ਸਿੱਧੂ ਮੂਸੇਵਾਲਾ, ਬੱਬੂ ਮਾਨ, ਰਣਜੀਤ ਬਾਵਾ, ਮਨਕੀਰਤ ਆਲਾ, ਕੁਲਵਿੰਦਰ ਬਿੱਲਾ ਤੇ ਹੋਰ ਕਈ ਕਲਾਕਾਰ ਕਿਸਾਨਾ ਦੇ ਨਾਲ ਨੇ ਤੁਹਾਡੀ ਇਹ ਸਭ ਤੇ ਕੀ ਰਾਏ ਤੁਸੀਂ ਆਪਣਾ ਕਮੈਂਟ ਸਾਨੂੰ ਜ਼ਰੂਰ ਦਿਓ ਤੇ ਦੇਖਦੇ ਰਹੋ ਹੋਰ ਖਬਰਾਂ ਵਾਸਤੇ ਗੂਗਲ ਬਾਲੀਵੁੱਡ